पहला स्टेप है। सारे दोबारा लगा दे ध्यान दे रे गा मा रे सा नी रे गा मा रे सा नी हाँ की हो जाता है रे गा मा फिर रे उत्थे लग रहा है रे तो इधर सा जिथे जेड़ा सुर है उत्थे लगाना जी रे जेड़ा फिर अगला वो हिल जांदा ध्यान दो रे गा मा रे सा नी हाँ हूँ ठीक है गा मा पा गा रे सा मा पा धा मा गा रे बनेगा जरा सोचो ये बात देखो एक सेकेंड में नहीं लगे बच्चे ने दस दिता एकदम की नाम है हरशीन कौर शाबाश शाबाश हाँ जी हो सोचो जरा की होएगा कोई होर कला से सारे गा फिर साने धा जे असि कला सारे गा आरो करते हैं तो अब रो के करते हैं सानी धा सो हुण सानी धा तो शुरू होएगा सानी धा सारे Thank you.
रे सा गा मा पा रे सा नी रे गा मा सा नी धा सा रे गा ठीक है जी सा रे गा सा नी धा रे गा मा रे सा नी गा मा पा गा रे सा मा पा गा मा गा रे मा धा नी पा मा गा धा नी सा धा पा मा जे आवाज ऊपर नहीं जा रही तो बेशक इत्थों अवरो ले लो धा नी सा धा पा मा नी सा रे सारे गा साने धा साने धा सारे गा साने धा सारे गा साने धा सारे गा नी धा पा नी सारे धा पा मा धा नी सा Sane re ga ma, sane dha sa re ga sane dha re ga ma re sane ga ma pa ga re sa. उसे ना थोड़े ले और ये से बदल देते हैं. पहला से सा रे गा साने धा सारे गा साने धा रे सने गा मा पा गा रे सा मा पा धा मा गा रे पा धा नी पा मा गा धा नी सा धा पा मा धा नी सा पा मा गा पा धा नी गरे मा पधा गरे सगा मा पा सगरे मा गरे सा रे मा गा पा मा गरे इन्हों कहते ने आड़ सीधा नहीं है सगा रे छड़ देता लंघ गए फिर रे मा गा छड़ दिता चाहिए सा रे गा मा सीधा पर सा गा रे मा आड़ ठीक है जी इन वक्र वक्र चलन वैसे ज्यादा कहते हैं वक्र हो गया आड़ लय होंगी है वक्र कहना ज्यादा ठीक है सा गा रे मा गा रे सा रे मा गा पा मा गा रे सारे ध्यान नाल सुनो ध्यान नाल गाओ समझ के कोशिश करो कि क्यों हो रहा है की पैटर्न बन रहा है की सिस्टम है की उहदे च क्यों हो रहा है सागा रे मा गा रे सा एक तां होंदा ना सुन लिया ते गा लिया उहनूं समझण दी भी कोशिश करो फिर आपे समझ आएगी मा धा पा नी धा पा मा पानी धा सने धा पा धा सने रे सने धा नीरे सागरे सनी सागरे मा
ਕੰਪਿਊਟਰ ਹੈ ਕੰਪਿਊਟਰ ਹਾਂਜੀ ਦੱਸੋ ਠੀਕ ਹੈ ਜੀ ਮੈਡਮ ਲਖਵਿੰਦਰ ਜੀ ਠੀਕ ਹੈ ਪੈਟਰਨ ਕੀ ਹੈ ਸਾ ਗਾ ਰੇ ਮਾ ਗਾ ਰੇ ਸਾ ਅਵਰੋਚ ਸਾ ਦਾ ਨੀ ਛੱਡਦਾ ਨੀ ਪਾ ਦਾ ਨੀ ਸਾ ਠੀਕ ਹੈ ਜੀ ਗਾਈਏ ਸਾ ਦਾ ਨੀ ਪਾ ਦਾ ਨੀ ਸਾ ਅੱਗੇ ਪਾ ਦਾ ਨੀ ਨੀ ਪਾ ਸ਼ਾਬਾਸ਼ ਕੋਈ ਹੋਰ ਵੀ ਬੋਲੇ ਫੈਜ਼ਾ ਅਰਸ਼ੇ ਇਹਨਾਂ ਨੂੰ ਸੋਚਣ ਦੇ ਹੁਣ ਇਹਨਾਂ ਨੂੰ ਇਹਨਾਂ ਦੀ ਰੈਮ ਨਹੀਂ ਉਹ ਖੜੀ ਰਹਿ ਜਾਣੀ ਹੈ ਵਧਾਉਣੀ ਆਪਾਂ ਸਾ ਧਾ ਨੀ ਪਾ ਧਾ ਨੀ ਸਾ ਅੱਗੇ ਸਾਰੇ ਗਾਓ ਜੀ ਨੀ ਪਾ ਧਾ ਮਾ ਨੈਕਸਟ ਧਾ ਮਾ ਪਾ ਧਾ ਮਾ ਪਾ ਅੱਗੇ ਪਾ ਧਾ ਮਾ ਰੇ ਧਾ ਮਾ ਪਾ ਪਾ ਧਾ ਮਾ ਰੇ ਧਾ ਮਾ ਨੈਕਸਟ ਮਾ ਰੇ ਗਾ ਸਾ ਰੇ ਗਾ ਮਾ ਗਾ ਸਾ ਰੇ ਨੇ ਸਾ ਰੇ ਗਾ ਰੇ ਨੇ ਦੁਕਨ ਲੈ ਚ ਸਾਗਾ ਰੇ ਮਾ ਗਾ ਰੇ ਸਾ ਰੇ ਮਾ ਗਾ ਪਾ ਮਾ ਗਾ ਰੇ ਗਾ ਪਾ ਮਾ ਧਾ ਪਾ ਮਾ ਗਾ ਮਾ ਧਾ ਪਾ ਨੀ ਧਾ ਪਾ ਮਾ ਪਾ ਨੀ ਧਾ ਸਾ ਨੀ ਧਾ ਪਾ ਧਾ ਸਾ ਨੀ ਰੇ ਸਾ ਨੀ ਧਾ ਨੀ ਰੇ ਸਾ ਗਾ ਰੇ ਸਾ ਨੀ ਸਾਰੇ ਗਾ ਸਾਰੇ ਗਾ ਸਾਰੇ ਗਾ ਸਾਰੇ ਮਾ ਗਾ ਰੇ ਗਾ ਮਾ ਰੇ ਗਾ ਪ ਮਾ ਗਾ ਮਾ ਪ ਗਾ ਮਾ ਧ ਪ ਮਾ ਪ ਧ ਮਾ ਪ ਨੀ ਧ ਪਾ ਧ ਨੀ ਪਾ ਧ ਸਾ ਨੀ ਧਾ ਨੀ ਸਾ ਧਾ ਨੀ ਰੇ ਬਰੋ ਇਧਰੋਂ ਕੋਈ ਸੋਚੋ ਕੀ ਬਣੇਗਾ ਸਾਰੇ ਗਾ ਸਾਰੇ ਮਾ ਗਾ ਯਾਰ ਉਹ ਸੀ ਰੇ ਗਾ ਮਾ ਰੇ ਗਾ ਪ ਮਾ ਗਾ ਮਾ ਪ ਗਾ ਮਾ ਧ ਪ ਮਾ ਪ ਧ ਮਾ ਪ ਨੀ ਧ ਪ ਧ ਨੀ ਪ ਧ ਸ ਨੀ ਧ ਨੀ ਧ ਧ ਨੀ ਰੇ ਸਾ ਅਬਰੋ ਸ਼ਾਬਾਸ਼ ਸਾ ਨੀ ਧ ਅੱਗੇ ਗਾ ਕੇ ਦੇਖੋ ਚਲੋ ਬੋਲ ਕੇ ਦੱਸ ਦੋ ਕੋਈ ਨਹੀਂ ਧਿਆਨ ਨਾਲ ਹੁਣ ਗੜਬੜ ਹੋ ਗਈ ਸਾਰੇ ਗਾ ਸਾਰੇ ਮਾ ਗਾ ਸੋ ਸਾ ਨੀ ਧਾ ਪਾ ਨਹੀਂ ਪਾ ਧਾ ਸਾਰੇ ਗਾ ਸਾਰੇ ਮਾ ਗਾ ਸੀ ਨਾ ਗਾ ਛੱਡਤਾ ਸੀ ਸਾਰੇ ਗਾ ਸਾਰੇ ਗਾ ਛੱਡ ਕੇ ਮਾ ਗਾ ਇਸੇ ਤਰ੍ਹਾਂ ਸਾ ਨੀ ਧਾ ਛੱਡ ਕੇ ਪਾ ਧਾ ਸੋ ਕੀ ਹੋਇਆ ਸਾ ਨੀ ਪਾ ਧਾ ਸਾ ਨੀ ਪਾ ਧਾ ਸਾ ਨੀ ਧਾ ਸਾ ਨੀ ਪਾ ਧਾ ਸਾ ਨੀ ਧਾ ਸਾ ਨੀ ਪਾ ਧਾ ਨੀ ਧਾ ਪਾ ਨੀ ਧਾ ਮਾ ਪਾ ਧਾ ਪਾ ਮਾ ਧਾ ਪਾ ਗਾ ਮਾ ਪਾ ਮਾ ਗਾ ਪਾ ਮਾ ਰੇ ਗਾ ਮਾ ਗਾ ਨੀ
ਦਾ ਪਾ ਗਾ ਮਾ ਪਹਿਲਾਂ ਦੇਖੋ ਸਾ ਨੇ ਦਾ ਸਾ ਨੇ ਪਾ ਦਾ ਨੇ ਦਾ ਪਾ ਨੇ ਦਾ ਮਾ ਕਿਰਿਆਵਾਂ ਅਸੀਂ ਕਰ ਰਹੇ ਹਾਂ ਇਹਨਾਂ ਦੀ ਗੱਲਬਾਤ ਕਰਾਂਗੇ ਅੱਗਿਓਂ ਸਿੱਖਾਂਗੇ ਇਹਨਾਂ ਨੂੰ ਠੀਕ ਹੈ ਮਾ ਗਰੇ ਮਾ ਗਾ ਸਰੇ ਗਰੇ ਸਾ ਗਰੇ ਨੇ ਸਾ ਗਰੇ ਮਾ ਗਾ ਸਾ ਨੇ ਰੇ ਸਾ ਰੇ ਮਾ ਗਾ ਪਾ ਰੇ ਮਾ ਗਾ ਪਾ ਮਾ ਰੇ ਸਾ ਗਾ ਰੇ ਸ਼ੁਰੂ ਤੋਂ ਦੇਖੋ ਸਾ ਗਾ ਰੇ ਮਾ ਗਾ ਸਾ ਨੇ ਰੇ ਸਾ ਰੇ ਮਾ ਗਾ ਪਾ ਮਾ ਰੇ ਸਾ ਗਾ ਰੇ ਗਾ ਪਾ ਮਾ ਧ ਪਾ ਗਾ ਰੇ ਮਾ ਗਾ ਪਾ ਮਾ ਧ ਪਾ ਗਾ ਰੇ ਮਾ ਗਾ ਮਾ ਧ ਪਾ ਨੇ ਦਾ ਮਾ ਗਾ ਪਾ ਮਾ ਜਿਹੜਾ ਦੁਬਾਰਾ ਮਾ ਲੱਗਦਾ ਉਹ ਹਿੱਲ ਜਾਂਦਾ ਬਾਕੀ ਸਭ ਠੀਕ ਹੈ ਮਾ ਧ ਪਾ ਨੇ ਦਾ ਮਾ ਗਾ ਪਾ ਮਾ ਗਰੇ ਮਾ ਗਾ ਸਾ ਨੇ ਰੇ ਸਾ ਰੇ ਮਾ ਗਾ ਪ ਮਾ ਰੇ ਸਾ ਗਾ ਰੇ ਸ਼ਾਬਾਸ਼ ਗਾ ਪ ਮਾ ਧ ਪ ਗਾ ਰੇ ਮਾ ਗਾ ਗਾ ਪ ਮਾ ਧ ਪ ਗਾ ਰੇ ਮਾ ਕਿੰਨੇ ਰਾਗਾਂ ਚ ਗਾ ਰੇ ਮਾ ਗਾ ਰੇ ਗਾ ਰੇ ਮਾ ਗਾ ਬਿਲਾਵਲ ਚ ਵੀ ਕਰ ਲੈਂਦੇ ਸਾ ਰੇ ਗਾ ਰੇ ਮਾ ਗਾ ਗਮ ਰੇ ਗਾ ਪਾ ਮਾ ਗਾ ਸੋ ਇਹਨਾਂ ਸੁਰਾਵਲੀਆਂ ਚੋਂ ਇਹਨਾਂ ਪਲਟਿਆਂ ਚੋਂ ਇਹਨਾਂ ਅਲੰਕਾਰਾਂ ਵਿੱਚੋਂ ਕਿੰਨੇ ਰਾਗ ਕਿੰਨੀਆਂ ਧੁਨਾਂ ਕਿੰਨੀਆਂ ਕੰਪੋਜੀਸ਼ਨਸ ਬਣ ਸਕਦੀਆਂ ਨੇ ਠੀਕ ਹੈ ਨਾ ਇਸ ਲਈ ਇਹਨਾਂ ਦਾ ਮਹੱਤਵ ਹੈ ਗਾ ਪਾ ਮਾ ਧ ਪਾ ਗਾ ਰੇ ਮਾ ਗਾ ਮਾ ਧ ਪਾ ਨੇ ਦਾ ਮਾ ਗਾ ਪਾ ਮਾ ਪਾ ਨੇ ਦਾ ਸਾ ਨੇ ਪਾ ਮਾ ਧ ਪਾ ਦਾ ਸਾ ਨੇ ਰੇ ਸਾ ਧਾ ਪਾ ਨੇ ਦਾ ਇਹ ਤਾਂ ਆਪ ਰੋ ਕਰੋ ਹੁਣ ਜ਼ਰਾ ਦੁਬਾਰਾ ਦੇਖੋ ਸਾ ਗਾ ਰੇ ਮਾ ਗਾ ਸਾ ਨੇ ਰੇ ਸਾ ਰੇ ਮਾ ਗਾ ਪਾ ਮਾ ਰੇ ਸਾ ਗਾ ਰੇ ਗਾ ਪਾ ਮਾ ਧ ਪਾ ਗਾ ਰੇ ਮਾ ਗਾ ਮਾ ਧ ਪਾ ਨੇ ਦਾ ਮਾ ਗਾ ਪਾ ਮਾ ਪਾ ਨੇ ਦਾ ਸਾ ਨੇ ਪਾ ਮਾ ਧ ਪਾ ਮੈਂ ਕੋਈ ਯਾਦ ਨਹੀਂ ਕੀਤਾ ਇਹ ਅਲੰਕਾਰ ਅੱਜ ਹੀ ਗੁਰੂ ਕਿਰਪਾ ਨਾਲ ਅੱਜ ਹੀ ਬਣ ਗਿਆ ਹੈ ਹੁਣ ਤੱਕ ਜਿੰਨੀ ਉਮਰ ਹੈ ਮੈਨੂੰ ਨਹੀਂ ਯਾਦ ਆ ਰਿਹਾ ਇਹ ਅਲੰਕਾਰ ਕਦੇ ਗਾਇਆ ਹੈ ਪਹਿਲੀ ਵਾਰ ਗਾ ਰਿਹਾ ਹੁਣੇ ਬਣਿਆ ਤੁਹਾਡੇ ਸਾਹਮਣੇ ਠੀਕ ਹੈ ਨਾ ਪਾਣੀ ਦਸਨੇ ਪਾ ਮਾ ਧ ਪਾ ਦਸ ਨੇ ਸਾ ਧਾ ਪਾ ਨੇ ਧਾ ਨੇ ਸਗਨੇ ਨੇ ਦਾ ਸਾ ਨੇ ਸਾਗਰ ਮਗਾ ਸਾ ਨੇ ਰੇ ਸਾ ਅਸਲ 'ਚ ਇਹਦੇ ਦੋ ਪਾਰਟਸ ਹੈ ਇੱਕ ਹੈ ਸਾਗਰ ਮਗਾ ਦੂਜਾ ਸਾ ਨੇ ਰੇ ਸਾ ਜੋੜਤਾ ਦੂਸਰਾ ਰੇ ਮਾ ਗਾ ਪਾ ਮਾ ਇੱਕ ਸ ਰੇ ਸਾ ਗਾ ਰੇ ਦੂਸਰਾ ਇਸ ਸੋ ਅਵਰੋਹ ਵੀ ਇਸ ਤਰ੍ਹਾਂ ਹੀ ਬਣਾ ਸਕਦੇ ਹਾਂ ਅਸੀਂ ਸਾ ਗਾ ਰੇ ਮਾ ਗਾ ਦਾ ਅਵਰੋਹ ਕੀ ਬਣੇਗਾ ਸ਼ਾਬਾਸ਼ ਹਰਸ਼ੀਨ ਕੀ ਬਣੇਗਾ ਅਵਰੋਹ ਦੇਖੋ
सागरे मागा अबरो सातों सा ना 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 के मनागा साधा ने पादा ते सागरे मागा सानेरे सा हले अब तो रह गया ना साधा ने पादा तो बाद देखो सागरे मागा सानेरे सा सानेरे सादा अब रो बनेगा सारे नी सा उल्टा हो जाएगा ठीक है सो की बनेगा साधा ने पादा सानेरे सागरे मागा सारे नी सा ही से सागरे मागा सानेरे हुन की बनेगा साधा ने पादा सारे नी सा ये बनेगा क्योंकि मेरे सादा रे नी सा हो जाएगा साधा ने पादा सारे नी सा नी पादा मा पा नी साधा नी कोई गल नहीं सुन लो गाया जाएगा सुनो ध्यान नाल समझने की कोशिश जरूर करो फिर जब घर जाके करोगे जरूर हो जाएगा ठीक है साधा ने पादा सारे नी सारे नी सा नि पदा मा पा नी साधा नी धामा पा गा मा धा नि पादा पगा मरेगा पादा मा पा मरेगा सरे मा पा गा मा का सरे नि सा का मरेगा रे नि सा धने रेगा सरे साधने पदा जिन्ने भी कर लिए घट ने अलंकार पंडित अजय चक्रवर्ती उन्हां दी बड़ी ही होनहार सुपुत्री कौशिकी चक्रवर्ती बड़ा नाम है उन्हां दा अज यंग म्यूजिशियंस जो वोकलिस्ट आई थिंक उन्हां नूं बहुत ज़्यादा इस वेले मान सम्मान बहुत मानता मिल रही है सुनते हो ना सारे उन्हां नूं सारा गाना उन्हां दा आप कहंदे ने कि पलटियां नाल अलंकारां नाल असी गाना मतलब रियाज कर करके इतों तक पहुँचे सो इन्नी इंपोर्टेंस है सर जी हुण जिहड़ा साडा अज दा मुख विशा है उहदे ते आ जाइए क्योंकि समा बीत रहा है कल गल होई सी कुछ विद्यार्थियों ने भी इच्छा प्रगट की सी ते मेरे भी मन च आया कि ये जिहड़ी वर्कशॉप इन्नी वधिया चल रही है सो इहदे च कुछ तुहानूं टिप्स इस तरह दियां दित्तियां जाण कि कण की हुंदा खटका तानपुरा आ रहा जी सामने घट आ रहा ठीक है खटका मुर्की मेंड गमक होर भी हुंदे ने कुछ थोड़े थोड़े पर ये मेन जड़ियां टेक्निकल कुछ गल्लां ने गायन दे संदर्भ विच वादन च भी हैगियां ने जिहड़े वादन दे विद्यार्थी उन्हां नूं भी लाभ होएगा कण की हुंदा एक तो सिंपल सुर लगाओ ये मूल सुर है मुख सुर है सीधा सुर है खड़ा सुर है ठीक है ना एको ही सुर है केड़ा गा गंदा हुण जे असी माँ तो पहला किसी होर सुर नूं छू के माँ ते आईए माँ थोड़ा जा पा लगा के माँ ते आ रहे माँ केदारा गाते ना सा की है मुर्की है सो सारिया किरियावां राग दे विच बहुत काम आंदियां ने गाण दे विच राग गायन च तां खास करके हर तरह के गाने विच लाइट गाओ क्लासिकल गाओ फोक गाओ कुछ गाओ पर
ਉੱਥੇ ਥੋੜ੍ਹਾ ਫਰਕ ਪੈ ਜਾਂਦਾ, ਕੰਨ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ, ਖਟਕੇ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ, ਠੁਮਰੀ 'ਚ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ। ਸੋ ਅਸੀਂ ਜਨਰਲ ਗੱਲ ਕਰ ਰਹੇ ਹਾਂ ਕਿ ਕੰਨ ਹੁੰਦਾ ਕੀ ਹੈ। ਜਦੋਂ ਇੱਕ ਮੂਲ ਸੁਰ ਨੂੰ ਕਿਸੇ ਦੂਸਰੇ ਸੁਰ 'ਤੇ ਸਪਰਸ਼ ਕਰਕੇ ਫਿਰ ਦੁਬਾਰਾ ਬਾਅਦ ਵਿੱਚ ਲਗਾਇਆ ਜਾਂਦਾ, ਯਾਨੀ ਪਹਿਲਾਂ ਕੋਈ ਹੋਰ ਸੁਰ ਨੂੰ ਛੂ ਕੇ ਦੂਸਰੇ ਸੁਰ 'ਤੇ ਆ ਕੇ ਰੁਕ ਜਾਣਾ। ਮਾਂ ਸਿੰਪਲ ਸੁਰ ਮਾਂ 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 ਗਵਾਂ ਮਾਂ ਪਮਾਂ ਮਾਂ ਮਾਂ ਨਵਾਂ ਮਾਂ ਮਾਂ ਇਹ ਕੀ ਹੈ ਸਮਾਂ ਮਾਂ ਲਗਾਓ ਤਾਂ ਰੱਖੇ ਮੈਂ ਮਾਂ ਹਾਂ ਮਾਂ ਧਿਆਨ ਨਾਲ ਸੁਣੋ ਸੁਣੋ ਮਾਂ ਮਾਂ ਉਹਨੂੰ ਬੋਲੀਦਾ ਨਹੀਂ ਭਾਵਾਂ ਨਹੀਂ ਕਹਿਣਾ ਕਿਉਂਕਿ ਉਹ ਪਾ ਪੂਰਾ ਨਹੀਂ ਲੱਗ ਰਿਹਾ, ਉਹ ਕਣ ਲੱਗ ਰਿਹਾ। ਹੁਣ ਇੱਥੇ ਕਣ ਕਾਹਦਾ ਲੱਗ ਰਿਹਾ, ਪਾ ਦਾ, ਕਿਹਨੂੰ ਮਾਂ ਨੂੰ, ਮਾਂ ਨੂੰ ਪਾ ਦਾ ਕਣ ਲੱਗ ਰਿਹਾ, ਮਾਂ ਸੁਰ ਨੂੰ ਪਾ ਦਾ ਕਣ ਲੱਗ ਰਿਹਾ। ਕਿਵੇਂ ਮਾਂ ਨੂੰ ਪਾ ਦਾ ਕਣ ਭਮਾ, ਇਹਨੂੰ ਲਿਖਦੇ ਕਿਵੇਂ ਆ, ਜਦੋਂ ਸੁਰ ਲਿਪੀ ਲਿਖਦੇ ਆ ਨੋਟੇਸ਼ਨ, ਮਾਂ ਲਿਖ ਕੇ ਉਹਦੇ ਖੱਬੇ ਹੱਥ ਛੋਟਾ ਜਿਹਾ ਉੱਪਰ ਕਰਕੇ ਪਾ ਲਿਖਦੇ ਆ, ਭਮਾਂ ਬਰਾਬਰ ਨਹੀਂ ਲਿਖਦੇ। ਦੇਖਿਆ ਹੋਏਗਾ ਕਿਤਾਬਾਂ ਵਿੱਚ ਹੁੰਦਾ ਨਾ, ਅਸੀਂ ਵੀ ਲਿਖਦੇ ਹਾਂ ਕਈ ਵਾਰ, ਪਰ ਬਹੁਤੀ ਵਾਰ ਰਹਿਣ ਦਿੰਦੇ ਹਾਂ, ਕੋਈ ਨਹੀਂ ਗਾਉਣ 'ਚ ਤਾਂ ਆ ਹੀ ਜਾਣਾ, ਲਿਖਣ ਦੀ ਲੋੜ ਨਹੀਂ। ਪਰ ਪੰਡਿਤ ਭਾਤ ਖੰਡੇ ਜੀ ਨੇ ਉਹਦੇ ਲਈ ਚਿੰਨ੍ਹ ਬਣਾਇਆ, ਮਾਂ ਇਕੱਲਾ ਮੰਮਾ ਮਾਂ, ਅਤੇ ਉਹਦੇ ਲੈਫਟ 'ਤੇ ਜੇ ਹੈ ਤਾਂ ਮਾਂ ਭਮਾਂ, ਬੋਲਣਾ ਨਹੀਂ ਉਹਨੂੰ ਪਾ ਨੂੰ, ਬੋਲਣਾ ਮਾਂ ਹੀ ਹੈ, ਪਰ ਉਹਦੀ ਜਿਹੜੀ ਫ੍ਰੀਕੁਐਂਸੀ ਉਹਨੂੰ ਟੱਚ ਕਰਕੇ ਆਉਣਾ। ਮਾਂ ਲਓ ਜੀ ਸਾਰੇ, ਹੁਣ ਇਹ ਆਰੋਹ ਵੀ ਅਵਰੋਹ ਵੀ ਦੋਨੋਂ ਹੋ ਸਕਦੇ ਆ, ਉੱਪਰੋਂ ਵੀ ਆ ਸਕਦਾ ਅਤੇ ਨੀਚੋਂ ਵੀ। ਮਾਂ ਗਮਾ ਮਾਂ, ਜਿਵੇਂ ਕਲਿਆਣ ਰਾਗ ਹੈ ਮੰਨ ਲਓ, ਨੇ ਰੇ ਗਾ ਮਾ ਪ ਮਾ ਗਾ ਤੇ ਨੇ ਰੇ ਗਾ ਮਾ ਮਾਂ 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 ਗਾ ਰੇ ਨੇ ਰੇ ਸਾ ਸੋ ਗਾ 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 ਮਾ ਪਾ ਲਗਾਓ, ਗਾ ਮਾ ਪਾ, ਇਹ ਸਿੱਧੇ ਸੁਰ ਨੇ ਪਰ ਗਾ ਮਾ ਪਾ ਪਾ ਮਾ ਪਾ ਪਾ ਪਾ। ਹੁਣ ਉਹ ਅਗਲੀ ਚੀਜ਼ ਹੈ, ਜਦੋਂ ਕੰਨ ਤੋਂ ਹੀ ਥੋੜ੍ਹਾ ਵਧਾਵਾਂਗੇ ਤਾਂ ਮੁਰਕੀ ਵੱਲ ਨੂੰ ਖਟਕੇ ਵੱਲ ਨੂੰ ਵਧਾਂਗੇ। ਸੋ ਕੰਨ ਕੀ ਹੁੰਦਾ ਹੈ, ਇੱਕ ਸੁਰ ਦਾ ਸਪਰਸ਼ ਇੱਕ ਸੁਰ ਨੂੰ, ਕਲੀਅਰ ਸਮਝ ਗਏ, ਠੀਕ ਹੈ। ਕਿਵੇਂ ਲਿਖਾਂਗੇ, ਜੇ ਦਾ ਪਾ ਹੈ ਤਾਂ ਪਾ ਮੂਲ ਸੁਰ, ਉਹਦੇ ਖੱਬੇ ਪਾਸੇ ਆ ਲਿਖਾਂਗੇ। ਇਹ ਹੈ, ਇਹਨੂੰ ਕਹਿੰਦੇ ਪੂਰਵ ਲਗਨ ਕਣ। ਕਣ ਦੋ ਪ੍ਰਕਾਰ ਦਾ ਹੁੰਦਾ, ਪੂਰਵ ਲਗਨ ਕਣ, ਪਹਿਲਾਂ ਲੱਗਣ ਵਾਲਾ ਕਣ। ਕਿਸ ਤਰ੍ਹਾਂ, ਜਿਵੇਂ ਮਾਂ ਤੋਂ ਪਹਿਲਾਂ ਪਾ ਲੱਗਿਆ ਭਮਾਂ ਮਾਂ, ਅਤੇ ਮਾਂ ਨੂੰ ਪਾ ਦਾ ਪੂਰਵ ਲਗਨ ਕਣ ਹੈ। ਅਤੇ ਜੇ ਮਾਂ, ਇਹ ਵੀ ਹੁੰਦਾ ਘੱਟ ਹੁੰਦਾ ਪਰ ਕਦੇ ਕਦੇ, ਮਾਂ ਮਾਂ ਮੂਲ ਸੁਰ ਨੂੰ ਪਾ ਤੇ ਛੱਡ ਰਹੇ ਹਾਂ, ਮਾਂ ਯਾ ਪਾ ਪਾ। ਦੇਖ ਰਹੇ ਹੋ ਕੀ ਹੋ ਰਿਹਾ, ਪਹਿਲਾਂ ਮੂਲ ਸੁਰ ਲੱਗ ਰਿਹਾ, ਇਹ ਤੁਹਾਡੇ ਲਈ ਠੰਡੀ ਹਵਾ ਦਾ ਪ੍ਰਬੰਧ ਹੋ ਰਿਹਾ, ਕੋਈ ਨਹੀਂ ਫਿਕਰ ਨਾ ਕਰੋ। ਆ ਇਸ ਤਰ੍ਹਾਂ ਦਾ ਪ੍ਰਯੋਗ, ਜਿਵੇਂ ਅਸੀਂ ਮਾਂ ਜਦੋਂ ਕੇਦਾਰ ਲੈਂਦੇ ਹਾਂ ਨਾ, ਕੇਦਾਰਾ ਮਾਂ
ਉਹ ਲੈਂਦੇ ਹਾਂ ਅਸੀਂ ਮਾਂ ਨੂੰ ਗਾ ਦਾ ਅਨੂ ਲਗਨ ਕਣ ਕਹਿੰਦੇ ਹਨ, ਅਨੂ ਯਾਨੀ ਬਾਅਦ 'ਚ। ਸੋ ਪੂਰਵ ਲਗਨ ਪਹਿਲਾਂ ਲੱਗਣ ਵਾਲਾ ਕਣ, ਅਨੂ ਲਗਨ ਬਾਅਦ ਵਿੱਚ ਲੱਗਣ ਵਾਲਾ ਕਣ। ਮਾਂ ਕੀ ਹੋ ਰਿਹਾ, ਮਾਂ ਗਾ ਛੱਡਦੇ ਗਾਤੇ ਆ ਜਾ ਕੇ, ਪਰ ਉਹਨੂੰ ਲੰਬਾ ਨਹੀਂ ਕਰਦੇ। ਸੋ ਇਹ ਮਾਂ ਨੂੰ ਗਾ ਦਾ ਅਨੂ ਲਗਨ ਕਣ ਲੱਗ ਰਿਹਾ, ਇਹਨੂੰ ਲਿਖਿਆ ਜਾਂਦਾ ਸੱਜੇ ਪਾਸੇ। ਅਸੀਂ ਹਿੰਦੀ ਪੰਜਾਬੀ ਜਦੋਂ ਗੁਰਮੁਖੀ ਲਿਖਦੇ ਹਾਂ ਖੱਬੇ ਤੋਂ ਸੱਜੇ ਚੱਲਦੇ ਹਾਂ ਨਾ। ਸੋ ਜੇ ਪਹਿਲਾਂ ਲਿਖ ਰਹੇ ਹਾਂ ਖੱਬੇ ਪਾਸੇ ਲਿਖ ਰਿਹਾ ਤਾਂ ਪੂਰਵ ਲਗਨ ਕਣ, ਜੇ ਬਾਅਦ ਵਿੱਚ ਲਿਖ ਰਹੇ ਹਾਂ ਸੱਜੇ ਪਾਸੇ ਲਿਖ ਰਹੇ ਹਾਂ ਤਾਂ ਅਨੂ ਲਗਨ ਕਣ। ਅਨੂ ਲਗਨ ਕਣ ਬਹੁਤ ਘੱਟ ਵਰਤੇ ਜਾਂਦੇ ਨੇ, ਜ਼ਿਆਦਾਤਰ ਪੂਰਵ ਲਗਨ ਕਣ ਵਰਤੇ ਜਾਂਦੇ ਨੇ, ਪਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਇਹਦਾ ਪ੍ਰਯੋਗ। ਕਲਿਆਣ ਅੰਗ ਹੈ ਨਾ, ਪਾ ਰੇ ਨੇਰੇ ਸਾ ਕਹਿੰਦੇ ਨਾ, ਕਲਿਆਣ ਅੰਗ ਹੈ। ਪਾ ਰੇ ਨੇਰੇ ਗਾ ਮਾ ਪਾ ਰੇ, ਹੁਣ ਪਾ ਹੁਣ ਪਾ ਦੇਖੋ, ਪਾ ਮਾ ਪਾ ਨੂੰ ਮਾਂ ਦਾ ਅਨੂ ਲਗਨ ਕਰਨ ਆ ਰਿਹਾ, ਅਤੇ ਰੇ ਰੇ ਨੂੰ ਗਾ ਦਾ ਪੂਰਵ ਲਗਨ ਕਰਨ ਆ ਰਿਹਾ। ਪਾ ਰੇ ਉਹਨੂੰ ਜੋੜ ਦਿੰਦੇ ਹਾਂ, ਪਾ ਰੇ ਪਾ, ਸਾਰੇ ਗਾਓ ਜੀ ਪਾ। ਇਹ ਨਹੀਂ ਸਰ, ਰੇ ਨੂੰ ਭੁੱਲ ਜਾਓ ਹਲੇ, ਪਾ ਪਾ ਉਹਨੂੰ ਬਾਅਦ 'ਚ ਜਿਹੜੀ ਸੁਰ ਲੱਗ ਰਹੀ ਹੈ ਕਿਹੜੀ ਹੈ, ਉਹ ਤੀਬਰ ਮਾਂ। ਪਾ ਰੇ 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 ਸ਼ੁਰੂ ਕਿੱਥੋਂ ਰਿਹਾ, ਗਾ ਤੋਂ, ਗਾ ਰੇ ਰੇ ਪਾ ਰੇ ਨੇ ਦਾ ਨੇ ਰੇ ਗਾ ਰੇ ਨੇ ਰੇ ਸਾ। ਸੋ ਮੈਂ ਕੋਸ਼ਿਸ਼ ਕਰਿਆ ਵੀ ਉਦਾਹਰਨ ਵੀ ਨਾਲ ਦੇ ਦਈਏ ਰਾਗ ਦੇ। ਸੋ ਕਣ ਕੀ ਹੁੰਦਾ ਕਿ ਜਦੋਂ ਮੂਲ ਸੁਰ ਨੂੰ ਇੱਕ ਸੁਰ ਦਾ ਸਪਰਸ਼ ਦਿੱਤਾ ਜਾਂਦਾ, ਚਾਹੇ ਉਹ ਪਹਿਲਾਂ ਲੱਗੇ ਚਾਹੇ ਬਾਅਦ ਵਿੱਚ ਲੱਗੇ ਕਣ। ਜੇ ਪਹਿਲਾਂ ਲੱਗ ਰਿਹਾ ਕਣ ਤਾਂ ਉਹਨੂੰ ਕਹਿੰਦੇ ਹੈ ਪੂਰਵ ਲਗਨ ਕਣ, ਜੇ ਬਾਅਦ ਵਿੱਚ ਲੱਗਦਾ ਤਾਂ ਉਹਨੂੰ ਕਹਿੰਦੇ ਹੈ ਅਨੂ ਲਗਨ ਕਣ। ਕਲੀਅਰ, ਯਾਦ ਰਹੇਗਾ ਜੀ? ਅੱਛਾ ਜੀ, ਅਗਲੀ ਕਿਰਿਆ ਮੁਰਕੀ, ਮੁਰਕੀ। ਜਦੋਂ ਮੂਲ ਸੁਰ ਤੋਂ ਪਹਿਲਾਂ ਦੋ ਸੁਰਾਂ ਨੂੰ ਜਲਦੀ ਨਾਲ ਲੈ ਕੇ ਮੂਲ ਸੁਰ 'ਤੇ ਆਇਆ ਜਾਵੇ ਤਾਂ ਉਹਨੂੰ ਕਹਿੰਦੇ ਹੈ ਮੁਰਕੀ। ਕਿਸ ਤਰ੍ਹਾਂ ਜੀ, ਜਿਵੇਂ ਮੂਲ ਸੁਰ ਲਗਾਓ ਸਾਰੇ, ਇਹਨੂੰ ਧਾ ਦਾ ਕਣ ਕਿਵੇਂ ਦੇਵਾਂਗੇ, ਧਾ ਦਾ ਪੂਰਵ ਲਗਨ ਕਣ। ਪਾ 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 ਯਾ ਮਾਂ ਦਾ ਤੀਵਰ ਮਾਂ ਦਾ ਪਾ ਮਾ ਪਾ ਪਾ ਹਾਂ ਪਾ ਆਕਾਰ 'ਚ ਆ। ਇਹਦਾ ਕਣ ਹੈ ਨਾ ਮੁਰਕੀ, ਨਹੀਂ ਦਾ ਪਾ ਨਹੀਂ ਦਾ ਪਾ ਨਹੀਂ ਦਾ, ਛੋਟਾ ਜਿਹਾ ਲੈਣਾ ਜਲਦੀ ਨਾਲ ਪਾ ਤਾਂ ਰੁਕਣਾ, ਨਹੀਂ ਦਾ ਪਾ ਨਹੀਂ, ਦੇਖੋ ਆ ਨਹੀਂ ਕਰਨਾ, ਇਹ ਹਲਕੇ ਗਲੇ ਨਾਲ ਲੈਣ ਵਾਲੀ ਕਿਰਿਆ। ਲੋਲ ਥੋੜ੍ਹਾ ਜ਼ਿਆਦਾ ਹੀ ਹਲਕਾ ਹੋ ਗਿਆ, ਖੱਬੇ ਪਾਸੇ ਛੋਟਾ ਕਰਕੇ ਲਿਖਾਂਗੇ ਉੱਪਰ। ਜਦੋਂ ਸੁਰਲਿਪੀ ਲਿਖਣੀ ਹੈ ਪਾਈ ਹੈ ਅਤੇ ਖੱਬੇ ਪਾਸੇ ਉਹਦੇ ਉੱਪਰ
ਨੀ ਦਾ ਛੋਟਾ ਜਿਹਾ ਲਿਖਾਂਗੇ ਲੈਫਟ 'ਤੇ ਨੀ ਦਾ ਬਾ ਠੀਕ ਹੈ ਨਾ ਹੁਣ ਇਵਨ ਇਹ ਵੀ ਮੁਰਕੇ ਮੇਰੇ ਸਾ ਦੇਖ ਰਹੇ ਹੋ ਬੜੇ ਬਰੀਕ ਸੰਗਤੀ ਹੈ ਸਮਝ ਆ ਰਹੀ ਹੈ ਕਿ ਨਹੀਂ ਹੈ ਦੱਸੋ ਪਹਿਲਾਂ ਨਹੀਂ ਆਏ ਤਾਂ ਹੋਰ ਸਮਝਾਵਾਂ ਇੱਕ ਵਾਰ ਦੁਬਾਰਾ ਪਾਵਾਂਗਾ ਇੱਕ ਗਾ ਮੂਲ ਸੁਰ ਪਾਵਾਂਗਾ ਸੋ ਗਾ ਤੇ ਮੁਰਕੇ ਆ ਰਹੀ ਹੈ ਕਿੱਧਰੋਂ ਆ ਰਹੀ ਹੈ ਪਾਮਾ ਵੱਲੋਂ ਸੋ ਇਹਨੂੰ ਲਿਖਾਂਗੇ ਕਿਵੇਂ ਗਾ ਅਤੇ ਲੈਫਟ 'ਤੇ ਉਹਦੇ ਪਾਮਾ ਤੀਬਰਮਾ ਹੈ ਠੀਕ ਹੈ ਜੀ ਜ਼ਿਆਦਾਤਰ ਮੁਰਕੀਆਂ ਅਵਰੋ ਆਤਮਕ ਹੁੰਦੀਆਂ ਨੇ ਪਰ ਲਤਾ ਜੀ ਨੂੰ ਸੁਣੋ ਤੁਸੀਂ ਕੌਸ਼ਕ ਜੀ ਨੂੰ ਸੁਣੋ ਜ਼ਿਆਦਾਤਰ ਬਰੀਕੀ ਵਾਲੇ ਜਿਹਨਾਂ ਦੇ ਗਲੇ ਆ ਗੁਲਾਮ ਅਲੀ ਸਾਹਿਬ ਨੂੰ ਸੁਣੋ ਤਾਂ ਉਹਨਾਂ ਦਾ ਅਰੋ ਆਤਮਕ ਵੀ ਮੁਰਕੀ ਆਉਂਦੀ ਹੈ ਘੱਟ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਹੋਰ ਮੇਰੇ ਸਾਹ ਵੀ ਹੋ ਸਕਦਾ ਮਾਧਾ ਪਾ ਠੀਕ ਹੈ ਨਾ ਸੋ ਮੁਰਕੀ ਦੀਆਂ ਡਾਇਮੈਂਸ਼ਨਸ ਕਈ ਨੇ ਪਰ ਟੈਕਨੀਕਲੀ ਅਸੀਂ ਇਹ ਸਮਝੇ ਕਿ ਜਦੋਂ ਦੋ ਸੁਰ ਲੱਗ ਕੇ ਤੀਸਰੇ ਸੁਰ 'ਤੇ ਆਵਾਂਗੇ ਚਾਹੇ ਇੱਧਰੋਂ ਆਵਾਂਗੇ ਚਾਹੇ ਇੱਧਰੋਂ ਆਵਾਂਗੇ ਚਾਹੇ ਇੱਧਰੋਂ ਆਵਾਂਗੇ ਪਾਸ ਹੀ ਨੀ ਮਾਧਾ ਪਾਵੇ ਠੀਕ ਹੈ ਧਾਮਾ ਪਾਵੇ ਠੀਕ ਹੈ ਨੀਧਾ ਪਾਵੇ ਠੀਕ ਹੈ ਗਾਮਾ ਪਾਵੇ ਠੀਕ ਹੈ ਇਹ ਸਾਰੇ ਕਾਹਦੇ ਰੂਪ ਨੇ ਕਾਹਦੀਆਂ ਉਦਾਹਰਨਾਂ ਨੇ ਮੁਰਕੀ ਦੀਆਂ ਸਮਝ ਗਏ ਇੰਨਾ ਟੈਕਨੀਕਲੀ ਸਮਝ ਜਾਓ ਗਲੇ 'ਚੋਂ ਕਿਵੇਂ ਕੱਢਣਾ ਹੈ ਸਹਿਜੇ ਸਹਿਜੇ ਆਏਗਾ ਇੱਕਦਮ ਨਹੀਂ ਆਏਗਾ ਪਰ ਕੋਸ਼ਿਸ਼ ਕਰੋ ਇੱਕ ਮੁਰਕੀ ਤਾਂ ਗਾਓ ਇੰਨਕ ਜੇ ਨਹੀਂ ਦਾ ਪਾ ਇਹ ਮੁਰਕੀ ਨਹੀਂ ਇਹ ਤਾਂ ਪਟਾਕਾ ਹੀ ਪੈ ਜਾਏਗਾ ਆ ਨਾ ਠੀਕ ਹੈ ਨਾ ਜਿਸ ਤਰ੍ਹਾਂ ਤੁਹਾਨੂੰ ਪ੍ਰਿੰਸੀਪਲ ਸਾਹਿਬ ਦੱਸਦੇ ਨੇ ਨਾ ਕਿੰਨੀ ਕੁ ਆਵਾਜ਼ ਕਿੰਨਾ ਕੁ ਮੂੰਹ ਖੋਲ੍ਹਣਾ ਸੋ ਹੁਣ ਮੁਰਕੀ ਲੈਣੀ ਹੈ ਤਾਂ ਇੰਨਾ ਕੁ ਮੂੰਹ ਖੋਲ੍ਹਣਾ ਇੰਨਾ ਕੁ ਵੋਲਿਊਮ ਅਖੀਰ 'ਚ ਆਉਣਾ ਹਾਂ ਠੀਕ ਹੈ ਜੀ ਅੱਗੇ ਵਧੀਏ ਕਣ ਪਤਾ ਲੱਗ ਗਿਆ ਇੱਕ ਸੁਰ ਪਹਿਲਾਂ ਲੱਗੇਗਾ ਮੂਲ ਸੁਰ 'ਤੇ ਆ ਜਾਵਾਂਗੇ ਤਾਂ ਕਣ ਹੈ ਦੋ ਸੁਰ ਲੱਗਣਗੇ ਅਤੇ ਮੂਲ ਸੁਰ 'ਤੇ ਆ ਜਾਵਾਂਗੇ ਤਾਂ ਮੁਰਕੀ ਹੈ ਹੁਣ ਅਗਲਾ ਖਟਕਾ ਖਟਕਾ ਕੀ ਹੁੰਦਾ ਕੋਈ ਦੱਸੇਗਾ ਕੋਸ਼ਿਸ਼ ਕਰੇਗਾ ਸ਼ਾਬਾਸ਼ ਇੱਕ ਸੁਰ ਨੂੰ ਹੀ ਜਦੋਂ ਉਹਦੇ ਆਸ ਪਾਸ ਦੇ ਸੁਰਾਂ ਨਾਲ ਜਲਦੀ ਨਾਲ ਲੈ ਜਾਂਦਾ ਜਿਵੇਂ ਪਦਮ ਪਵਾਂ ਦਾ ਪਾ ਇਹਨੂੰ ਖਟਕਾ ਕਹਿੰਦੇ ਆ ਪਾਵਾਂ ਦਾ ਪਾ ਜਲਦੀ ਨਾਲ ਦੇਖੋ ਖਟਕ ਰਿਹਾ ਨਾ ਕੁਛ ਖਟਕਦਾ ਜਿਵੇਂ ਛੋਲਾ ਠੀਕ ਹੈ ਨਾ ਪਾ ਲੰਬਾ ਵੀ ਕਰਨਾ ਸੁਰ ਤਾਂ ਮੂਲ ਸੁਰ ਤਾਂ ਪਾ ਹੀ ਹੈ ਨਾ ਪਾ ਖਟਕਾ ਬਹੁਤ ਅੱਛਾ ਹੋਇਆ ਰੇ ਸ਼ਾਬਾਸ਼ ਪਾ
हूँ मैं ले रहा पा माता पा ठीक है जी, यानी मूल सुर उस तो नीवा सुर माँ, मूल सुर की है पा पा, फिर माँ नीवा फिर दा उच्चा फिर पा, मूल सुर नीवा सुर उच्चा सुर मूल सुर, एक तो यह खटका हो गया। हूँ आप चार खटके करांगे, चार क्यों होन नु बहुत हो सकते ने पर मुख जड़े वो चार ही है, मूल सुर नीवा सुर उच्चा सुर मूल सुर, पा फिर नीवा मा फिर उच्चा दा फिर मूल पा पा मा दा पा पा, लो जी पा, वाह 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 बहुत सोना गा रहे हैं। अंतरप्रीत जी आप माइक जगाओ, बहुत सुरच आ रहा है पर इन होर फुर्ती नाल मतलब बोल नहीं वो पूरा पूरा सुर हो गया। सुनो 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 ओके ठहर जो ना पूरा पा ला दो जब मैं कहां उदो गाना ए पहला खटका पा मा धा पा, जे पा दा खटका है तो की पा नीवा सुर उच्चा सुर फिर ओही सुर, दूसरा होएगा पा उच्चा सुर नीवा सुर तो फिर मूल सुर पा दा मा पा आ, पा दा मा पा, ठीक है ना। हूँ इन आवे नहीं लेना ठीक है, खटका आएगा ही नहीं। ए तीसरा उच्चा सुर मूल सुर नीवा सुर मूल सुर ना पा मा पा, तीसरा चौथा तुझे दसो ए उच्चे तो नहीं शुरू करके नीवे तो शुरू कर दो मा पा था पा, पहला पा मा था पा पा दा मा पा नहीं लगाने वो तो फिर दूर चला गया। खटके का रूल है कि वो आस पास के सुर चाहिए, जे पा है वो आस ते पास यानी इर्द गिर्द दूर का नहीं, वो फिर बनेगा ही नहीं उस तरह का फ्लो, इन्नी दूरों सुर लिया नहीं जाएगा उस तरह अच्छी तरह नाल। ते सा ते खटका लईए तो दसो हुण सा ते कहड़े कहड़े खटके हो सकते, शाबाश। पहला था सा नी रे सा, क्लियर किवें गावांगे पहला हो गया, दूसरा सा हाँ रे नी सा, पहला सा नी रे सा दूसरा सा रे नी सा, समझ रहे हो ना पक्का। खटका लग रहा होर भी हो सकते ने, जे असी इन्हों दो दो बार लिए तीन, हूँ उन्होंने नाम नहीं है हम सारा कुछ तो नहीं ना, सारे की थ्योरी बनी नहीं ना, प्रैक्टिस तो बहुत कुछ होंगे कई क्रियावान आदि ने। सो विद्वाना ने संगीत शास्त्रियों ने कोशिश की कि उन्होंने नाम रखे जान जिन्ने के रखे गए, होर कुछ नहीं सानू सुझदा सी कहिंदा जी हरकत लै रहे जी, कि हरकत का नाम की है ये हूँ पता नहीं की है, जिमें पे हूँ एक खटके तो भी वड्डा हो गया पा मा था पा मा पा,
छे हो गए ना पा मा दा पा मा पा पहला से चार सो चार तक खटका ही कहे पांच छे अठ दस हो रहे हैं ना फिर असं कह दें जी हरकत लग रही है जी गले च देखो कैसा होर वो आम कह दें जी बड़ी करारी है जी गले च इन्हों है ना उस तरह सुर पारे ने दा ने रे पा कण मुर्गी खटका तो आ गया समझ काफी हद तक कोई नहीं जिन्हिया भी आ गया होर आ जाएंगे जो हम ध्यान दोगे ये अगे कुछ पढ़ोगे थोड़े उस्ताद टीचर्स गाएंगे तुम दसोंगे तो होर समझ आएगा। एक होर बड़ी प्यारी किरिया है मीड उन्होंने मीड भी कह देंगे ने हिंदी दिया पुस्तकों च मीड मीड कई कहते हैं जी सूत भी यही है घसीट भी है पर वो इंस्ट्रूमेंटल च कहते हैं वोकल वाले मेंड कहते हैं इंस्ट्रूमेंटल वाले सूत कहते हैं घसीट कहते हैं घसीट तो ज़्यादा ही जरा लंबे सा घसीट जो टू बजाते हैं ना घसीटते ने हथ न उतों बन गया घसीट सो असी तो कुछ नहीं घसीटते गाने वाले अंदर पता नहीं की हो रहा सानू दिखता नहीं है ना सो वोकल में असीं नूं मींड कहने की कहने इहदी डेफिनेशन की है कि जदों एक सुर तो दूसरे सुर तक धुनि नूं बिना कट्टे बिना तोड़े असीं लेके जाने हां जिवें पा तो गा है एक तो है पा गा दो सुर हम पर जदों बिना उन्हों असे तोड़े सारे विचले नाद लेंदे हुए गा ते आ गए अब रो आत्मक मेंड है ना अरो आत्मक ले लो गा सो सा राग शुद्ध कल्याण सा ये खटका सा नाल मेंड दे सा पा गा की हो रहा पा गा ऐसे लिए लिखण ले भी यही चिन्ह पाते हैं पा गा दोनों इस तरह कमान नाल जोड़ देंगे पागा यानी असं कट नोट्स नहीं लै रहे खड़े खड़े सुर नहीं लै रहे दो सुर नहीं लै रहे उन्हों जोड़ रहे हैं एक ब्रिज है उन्होंने विच पर अखंड है उतों नहीं जड़ी है ते गा ने भी है रे ध्रुपद धमार की गायकी है वह मेंड प्रधान है गमक भी है पर मेंड भी बहुत होंगी है ख्याल जड़ा वो कण मुरकी कण तो काफ़ी आते ने मुरकियाँ खटके भी आते ने बहुत ज़्यादा हल्के नहीं पर आते ने ते मुरकियाँ दी खटकियाँ दी ध्रुपद बिल्कुल मनाही होंगी सी
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਲੇ ਜਿਹੜੀ ਗਾਇਕੀ ਸੀ ਉਦੋਂ ਧਰੁਪਦ ਗਾਇਕੀ ਸੀ। ਗੁਰੂ ਸਾਹਿਬ ਜਦੋਂ ਕੀਰਤਨ ਕਰਦੇ ਹੋਣਗੇ ਹੁਣ, ਕਿਉਂਕਿ ਇਸ ਤਰ੍ਹਾਂ ਦਾ ਕੋਈ ਨਾ ਤਾਂ ਉਦੋਂ ਕੋਈ ਰਿਕਾਰਡਿੰਗ ਹੁੰਦੀ ਸੀ ਨਾ ਕੋਈ ਹੋਰ ਸਾਨੂੰ ਮਿਲਦੀਆਂ ਨੇ, ਪਰ ਉਹ ਧਰੁਪਦ ਸ਼ੈਲੀ 'ਚ ਜ਼ਿਆਦਾ ਕਰਦੇ ਸੀ ਕਿਉਂਕਿ ਉਸ ਵੇਲੇ ਧਰੁਪਦ ਦਾ ਹੀ ਬੋਲਬਾਲਾ ਸੀ। ਖਿਆਲ ਤਾਂ ਬਹੁਤ ਬਾਅਦ 'ਚ ਆਇਆ, ਦਸਮ ਪਾਤਸ਼ਾਹ ਵੇਲੇ ਖਿਆਲ ਸ਼ੈਲੀ ਹੋਂਦ 'ਚ ਆਈ ਹੈ। ਇਸ ਲਈ ਸ਼ਾਇਦ ਸਾਡੇ ਗੁਰੂ ਨੇ ਵੀ ਖਿਆਲ ਪਾਤਸ਼ਾਹੀ ਦਸਵੀਂ ਸਿਰਲੇਖ ਲਿਖਿਆ ਖਿਆਲ। ਇੱਥੋਂ ਤੱਕ ਕੁਝ ਵਿਦਵਾਨ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਖਿਆਲ ਹੀ ਗੁਰੂ ਸਾਹਿਬ ਨੇ ਲਿਖਿਆ, ਸਾਡੇ ਉਸਤਾਦ ਪ੍ਰੋਫੈਸਰ ਤਾਰਾ ਸਿੰਘ ਜੀ ਨੇ ਵੀ ਲਿਖਿਆ, ਕਿਉਂਕਿ ਖਿਆਲ ਉਸ ਤੋਂ ਵੀ ਬਾਅਦ ਆਇਆ 18ਵੀਂ ਸਦੀ ਦੇ ਅਖੀਰ 'ਚ 1750 ਤੋਂ ਬਾਅਦ। ਅਤੇ ਗੁਰੂ ਸਾਹਿਬ ਨੇ ਤਾਂ ਖਿਆਲ ਕਦੋਂ ਰਚ ਦਿੱਤਾ, 1708 ਤੋਂ ਤਾਂ ਪਹਿਲਾਂ ਹੀ ਰਚਿਆ ਨਾ। ਸੋ ਇਸ ਤਰ੍ਹਾਂ ਖਿਆਲ ਦੇ ਵਿੱਚ ਹਰਕਤਾਂ ਜ਼ਿਆਦਾ ਹੁੰਦੀਆਂ ਨੇ, ਜਦੋਂ ਠੁਮਰੀ ਆ ਜਾਂਦੀ ਹੈ ਉਦੋਂ ਹਰਕਤਾਂ ਹੋਰ ਵੱਧ ਜਾਂਦੀਆਂ ਨੇ, ਉਦੋਂ ਕਣ ਖਟਕੇ ਮੁਰਕੀਆਂ ਦੀ ਭਰਮਾਰ ਹੋ ਜਾਂਦੀ ਹੈ। ਸੋ ਇਹ ਅੰਤਰ ਹੈ ਗਾਇਨ ਸ਼ੈਲੀਆਂ ਦੇ ਵਿੱਚ। ਗੁਰਮਤਿ ਸੰਗੀਤ ਵਿੱਚ ਕਣ ਖਟਕੇ ਲਏ ਜਾ ਸਕਦੇ ਨੇ, ਪਰ ਉਹ ਵੀ ਇੱਕ ਸੀਮਾ ਵਿੱਚ, ਬਹੁਤ ਜ਼ਿਆਦਾ ਨਹੀਂ। ਸ਼ਬਦ ਦਾ ਭਾਵ ਨਾ ਖਰਾਬ ਹੋਵੇ, ਬਾਣੀ ਦਾ ਸੰਚਾਰ ਜਿਹੜਾ ਉਹਦੇ ਵਿੱਚ ਕੋਈ ਵਿਘਨ ਨਾ ਪਵੇ, ਇਹ ਧਿਆਨ ਰੱਖਣਾ ਹੁੰਦਾ। ਸੋ ਸ਼ੁੱਧ ਕਲਿਆਣ 'ਚ ਐਵੇਂ ਆਏਗੀ, ਠੀਕ ਹੈ ਜੀ। ਅਤੇ ਜੇ ਭੋਪਾਲੀ ਹੈ ਸਾਰੇਗਾ ਪਾਗਾ, ਤੀਵਰ ਮਾਨ ਇਹ ਦਿਖਾਵਾਂਗੇ ਫਿਰ, ਪਾਗਾ ਮੀਂਡੇ ਵੀ ਹੈ ਅਤੇ ਪਾਗਾ ਮੀਂਡੇ ਵੀ ਹੈ, ਰਾਗੇਸ਼ ਵਿੱਚ ਹੁੰਦਾ ਗਾਨੇ ਸਾਗਾ ਮੀਂਡ ਆ ਰਹੀ ਹੈ, ਉਹ ਥਰੂ ਗਾ ਆਉਂਦੀ ਹੈ ਮਾਰੇ ਮਾਰੇ ਮਾਰੇ, ਕੋਮਲ ਗਾ ਤੋਂ ਆ ਸਕਦੀ ਹੈ। ਸੋ ਇਹ ਰਾਗ 'ਚ ਕਿਹੜੇ ਸੁਰਾਂ ਦਾ ਪ੍ਰਯੋਗ ਹੋ ਰਿਹਾ ਉਸ ਹਿਸਾਬ ਨਾਲ ਮੀਂਡ ਲਗਾਈ ਦੀ ਹੈ। ਗਾ ਮਾ ਪਨ ਪਗਾ। ਸੋ ਹੁਣ ਇਹ ਨਹੀਂ ਹੈ ਕਿ ਕਣ 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 ਇਕੱਠੇ ਵਰਤੇ ਜਾ ਰਹੇ, ਖਟਕੇ 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 ਇਕੱਠੇ ਵਰਤੇ ਜਾ ਰਹੇ, ਇੰਨਾ ਕੁ ਕਣ ਆਉਂਦਾ ਇੱਥੇ ਮੀਂਡ ਆ ਜਾਂਦੀ ਹੈ, ਵਿੱਚ ਕੋਈ ਮੁਰਕੀ ਆ ਜਾਂਦੀ ਹੈ, ਵਿੱਚ ਖਟਕਾ ਆ ਜਾਂਦਾ, ਇਹ ਸਾਰਾ ਕੁਝ ਨਾਲੋਂ ਨਾਲ ਚੱਲਦਾ। ਜ਼ਿਆਦਾ ਭਰਮਾਰ ਇੱਕੋ ਹੀ ਹਰਕਤ ਦੇ ਕਰ ਲਓਗੇ ਤਾਂ ਤੁਹਾਡਾ ਜਿਹੜਾ ਗਾਇਨ ਉਹ ਨੀਰਸ ਹੋ ਜਾਏਗਾ, ਮੋਨੋਟਨੀ ਉਹ ਇੱਕੋ ਜਿਹਾ ਹੋ ਜਾਏਗਾ ਬਾਰ ਬਾਰ, ਉਹ ਹਰਕਤ ਉਹੀ ਆਈ ਜਾਏਗੀ ਬਾਰ ਬਾਰ। ਕਈ ਵਾਰ ਅਸੀਂ ਜ਼ਿਆਦਾ ਰਿਆਜ਼ ਕਰ ਲਈ ਨਾ ਇੱਕ ਚੀਜ਼ ਦਾ, ਉਹ ਬਾਕੀ ਦੀਆਂ ਪਿੱਛੇ ਰਹਿ ਜਾਂਦੀਆਂ ਨੇ। ਸੋ ਇਹ ਸਾਰੀਆਂ ਦਾ ਇੱਦਾਂ ਨਾ ਰਿਆਜ਼ ਕਰਿਓ ਵੀ ਕਿਤੇ ਇੱਕ ਦਿਨ ਖਟਕੇ ਹੀ ਗਾਏ ਜਾਓ, ਉਹ ਖਟਕੇ ਆ ਜਾਣੇ ਸਾਰੇ ਗਾਣੇ 'ਚ। ਇਹਨਾਂ ਨੂੰ ਸਮਝੋ ਕਿਰਿਆਵਾਂ ਨੂੰ, ਥੋੜ੍ਹਾ ਥੋੜ੍ਹਾ ਕਿਤੇ ਕਿਤੇ ਪ੍ਰਯੋਗ ਕੀਤਾ ਜਾਵੇ। ਇੱਕ ਕਿਰਿਆ ਹੋਰ, ਗਮਕ। ਗਮਕ ਕੀ ਹੁੰਦੀ ਹੈ? ਜਿਹੜੇ ਪ੍ਰਾਚੀਨ ਗਮਕ ਸੀ ਨਾ, ਅਸਲ 'ਚ ਸਾਰੀਆਂ ਕਿਰਿਆਵਾਂ ਉਹਦਾ ਹਿੱਸਾ ਸੀ, ਪਰ ਅੱਜ ਅਸੀਂ ਗਮਕ ਕਿਹਨੂੰ ਕਹਿੰਦੇ ਹਾਂ ਕਿ ਜਦੋਂ ਹਿਰਦੇ 'ਤੇ ਜ਼ੋਰ ਪਾ ਕੇ ਭਾਰੀ ਆਵਾਜ਼ ਲਈ ਜਾਂਦੀ ਹੈ, ਖਾਸ ਕਰਕੇ ਤਾਨ ਦੇ ਵਿੱਚ, ਜਿਵੇਂ ਗਾਵਾਂ ਪਾਵਾਂ ਗਾਵਾਂ ਗਾ, ਗਾਵਾਂ ਪਾਵਾਂ ਗਾਵਾਂ ਗਾ ਸਾ, ਇੱਕ ਆ ਇੱਕ ਇਹ ਗਮਕ ਹੈ। ਯਾਨੀ ਜ਼ੋਰ ਨਾਲ, ਘਰਸ਼ਣ ਦੇ ਨਾਲ, ਜ਼ਰਾ ਬੇਸ ਵੀ ਆਵੇ ਉਹਦੇ 'ਚ, ਠੀਕ ਹੈ। ਹੁਣ ਧਰੁਪਦ ਵਾਲੇ ਸੁਣਿਆ, ਧਰੁਪਦ ਇਸ ਤਰ੍ਹਾਂ ਹੀ ਗਾਉਂਦੇ ਨੇ, ਪੁਰਾਤਨ ਕੀਰਤਨੀ ਵੀ ਇਸ ਤਰ੍ਹਾਂ ਗਾਉਂਦੇ ਸੀ, ਤੁਸੀਂ ਧਿਆਨ ਦਿਓ, ਬੜਾ ਜ਼ੋਰਦਾਰ, ਉਹ ਕਹਿੰਦਾ ਉੱਚੀ ਗਾਓ, ਖੁੱਲ੍ਹ ਕੇ ਗਾਓ। ਪਰ ਹੁਣ ਸਮਾਂ ਬਦਲ ਗਿਆ, ਹੁਣ ਮਾਈਕਸ ਆ ਗਏ, ਹੁਣ ਗਾਇਕੀ ਹੋਰ ਸੁਖਮ ਹੋ ਗਈ ਹੈ। ਸੋ ਸਾਡੇ ਕੋਲ 10 ਮਿੰਟ ਦਾ ਸਮਾਂ ਹੈ, ਇਸ ਤੋਂ ਬਾਅਦ ਡਾਕਟਰ ਗੁਰਿੰਦਰ ਸਿੰਘ ਜੀ ਤੁਹਾਡੇ ਰੂਬਰੂ ਹੋਣਗੇ। ਸਾਰਿਆਂ ਨੇ ਇੱਦਾਂ ਹੀ ਸਜੇ ਰਹਿਣਾ, ਇੱਕ ਸ਼ਬਦ ਅਸੀਂ ਹੁਣ ਗਾ ਕੇ ਸਮਾਪਤੀ ਕਰਾਂਗੇ। ਗਮਕ ਸਮਝ ਲਓ, ਉਸ ਤੋਂ ਪਹਿਲਾਂ ਇੱਕ ਤਾਂ ਹੈ
गा 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 कहो जरा गा 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 आठ बार गा 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 हाँ ये तो साधारण तान आ रही है ना पर सुन लगातार गमक भी नहीं अच्छी लगेगी डर के उठ जाएगी संगत आम भी पता नहीं की करी जाते हैं वो नहीं पर विच विच ये सारे क्रियावां विच विच थोड़िया थोड़िया एक खास रेशो दे विच खास अनुपात दे विच गामा पामा गामा गसा केड़ा राग है गामा ने बामा पा गामा गसा ने गा ने बामा पा गामा पा ने सा गामा पा ने सा गा दा ने सा ने बामा गामा ने पा गामा गा राग जोग गामा पामा गामा गसा गामा पामा गामा गसा गामा पामा गामा गसा नाभी तो कहते आवाज आनी चाहिए सारंगी बिच ज्यादा निकलती है गमक सारंगी की आवाज गहरी है तो उस भी ज़्यादा एक दिलरुबा च गमक लैनी बहुत मुश्किल है पर भाई साहब ही ने जोड़े लै रहे नहीं लैनी औखी है क्योंकि बरीक आवाज है गावा गा सा पानी इन आकार च सरगम च लिया जा सकता सो गमक असल च जदों थोड़ी तेजी है उदों जोर नाल तुसीं जदों उहनूं हिरदे ते जोर पा के भारा करके आवाज लैंदे इहनूं की कहिंदे ने गमक एक बहलावा भी हुंदा वैसे छोटे जी वो भी गल कर रहे बहलावा ख्याल आम लेंदे ने जयपुर घराने वाले बहुत लेंदे ने यानी सुरां नूं आस पास हुण बिहाग है जिवें ने दा गामा पा गामा गा कल भाई प्रदीप सिंह जी ने गाया सी ना बिहाग बहुत खूबसूरत शब्द इन्होंने पढ़े शामी सो पा ते पा गा सा नी सा गामा नी पा दामा गामा गा इन्हू बहलावा बहलाना उन्होंने पा लो पा आराम नाल पा गा सा नी सा गा मा पा ते पा मा गा पा मा पा गा सा नी सा पा लगातार पहलावा लेके बिच फिर एक सपाट सारे की ने आभूषण अलंकार अलंकारिक तत्व वो वाला अलंकार नहीं जरा सवेरे गा रहे से पहला ये भी अलंकार होंगे जेड़ा कुछ सजा दिता है कुछ सवार दिता है सुहप्पण नू वधांदा है ग्रेस नू वधांदा है सो गायन की शोभा वधाण वाले ये तत्व सारे अलंकारिक तत्व या ग्रेस नोट्स कहवाते हैं की कहवाते हैं ग्रेस नोट्स ऐसे सुर ऐसिया हरकत जी ग्रेस में बधा रही ने सो मेरा ख्याल है काफ़ी समझ आ गई जिन्हें आ गई बहुत होर आ जाएगी गुरु साहब की कृपा नाल एक शब्द असं गा के समाप्ति करते हैं राग तिलंग काफ़ी मिश्रित राग आरोह तिलंग का है अवरोह किदे काफ़ी राग का सो
ਪਾਤਸ਼ਾਹ ਨੌਵੀਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਤ ਹੈ ਸ਼ਬਦ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਕਰ ਲੈ ਯਾਦ ਨਾ ਜਪ ਲੈ, ਜੇ ਜਪਣਾ ਤਾਂ ਜਪ ਲੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬੇਹਾਤ ਹੈ, ਫੁੱਟੇ ਘੱਟ ਜਿਉਂ ਪਾਣੀ। ਜਿਵੇਂ ਫੁੱਟੇ ਘੜੇ 'ਚੋਂ ਪਾਣੀ ਡਿੱਗੇ ਚੋ ਚੋ ਕੇ ਮੁੱਕ ਜਾਂਦਾ ਅਖੀਰ 'ਚ, ਇੱਦਾਂ ਹੀ ਤੇਰਾ ਜੀਵਨ ਜਿਹੜਾ ਹੈ, ਤੇਰੀ ਅਵਧੀ ਔਧ ਇਹ ਖਤਮ ਹੋ ਰਹੀ ਹੈ। ਮੌਤ ਪਤਾ ਨਹੀਂ ਕਦੋਂ ਆ ਜਾਵੇ, ਨੇੜੇ ਆ ਰਹੀ ਹੈ, ਸਮਾਂ ਬੀਤਦਾ ਜਾ ਰਿਹਾ। ਸੋ ਜੇ ਛੇਤੀ ਕਰ, ਚੇਤਨਾ ਹੈ ਤੋ ਚੇਤ ਲੈ, ਨਾ ਜਪ ਲੈ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਹਰ ਦਾ ਨਾਮ ਹਰੀ ਦਾ ਗੁਣ ਕਿਉਂ ਨਹੀਂ ਗਾਉਂਦਾ, ਓਏ ਮੂਰਖਾ ਓਏ ਗਿਆਨੀ। ਸਾਡੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਲਾਹਨਤਾਂ ਪਾ ਰਹੇ ਨੇ, ਕਿਉਂ ਕਿਉਂ ਨਹੀਂ ਧਿਆਨ ਦੇ ਰਿਹਾ ਤੂੰ ਹੇ ਮਾਨਵ। ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਣਾ, ਮਾਇਆ ਦੇ ਪਿੱਛੇ ਪੈ ਕੇ ਲਾਲਚਾਂ ਦੇ ਵਿੱਚ ਲੋਕ ਵਿੱਚ ਆ ਕੇ ਭੁੱਲ ਗਿਆ ਕਿ ਇੱਕ ਦਿਨ ਮਰ ਜਾਣਾ, ਇੱਕ ਦਿਨ ਚਲੇ ਜਾਣਾ ਇੱਥੋਂ, ਸਮਾਂ ਕਿਉਂ ਗਵਾ ਰਹੇ ਹਾਂ। ਅਜਹੂ ਕੁਛ ਵਿਗੜਿਓ ਨਹੀਂ, ਹਲੇ ਵੀ ਕੁਝ ਨਹੀਂ ਵਿਗੜਿਆ, ਜੋ ਪ੍ਰਭ ਗੁਣ ਗਾਵੇ, ਜੋ ਪ੍ਰਭੂ ਦੇ ਗੁਣ ਗਾ ਲਵੇ, ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੇ। ਸੋ ਛੇਤੀ ਕਰ ਨਾ ਜਪ ਲੈ, ਸਮਾਂ ਬੀਤਦਾ ਜਾ ਰਿਹਾ। ਆਰੋਬ ਰੁਕੀਏ ਸਾ ਗਾ ਪਾ ਤਿਲੰਗ ਸਾ ਗਾ ਸਿੱਧਾ ਵੀ ਲੈ ਸਕਦੇ ਹੋ। ਅਰੋ ਤਿਲੰਗ ਦਾ ਅਵਰੋ ਕਾਫੀ ਦਾ ਐਸਾ ਖੂਬਸੂਰਤ ਮਿਸ਼ਰਣ ਕੀਤਾ ਗੁਰੂ ਸਾਹਿਬ ਨੇ, ਬਣ ਗਿਆ ਤਿਲੰਗ ਕਾਫੀ। ਕਾਫੀ 'ਚ ਗਾ ਨੀ ਕੋਮਲ ਹੁੰਦੇ ਆ, ਤਿਲੰਗ 'ਚ ਕੇਵਲ ਨੀ ਕੋਮਲ ਹੈ, ਦੋਨੋਂ ਨੀ ਹੈ, ਅਰੋਜ ਨੀ ਸ਼ੁੱਧ ਅਵਰੋਜ ਨੀ ਕੋਮਲ ਹੈ। ਸੋ ਕਾਫੀ 'ਚ ਦੋਵੇਂ ਗਾ ਅਤੇ ਨੀ ਦੋਨੋਂ ਕੋਮਲ। ਸਾ ਨੇ ਦਾ ਪ ਮਾ ਗ ਰੇ ਸਾ ਵੀ ਠੀਕ ਹੈ, ਸਾਰੇ ਗਾ ਮਾ ਪ ਨੇ ਦਾ ਮਾ ਪ ਗ ਰੇ ਰੇ ਮਾ ਪ ਦਾ ਮਾ ਪ ਗ ਰੇ ਮਾ ਮਾ ਪ ਸਾ ਸਾ ਰੇ ਰੇ ਗਾ ਗਾ ਮਾ ਮਾ ਪ ਕਾਫੀ ਹੈ। ਮਾ ਪਾ ਧ ਨੀ ਸਾ ਨੇ ਦਾ ਪ ਮਾ ਪ ਗ ਰੇ ਰੇ ਨੀ ਦਾ ਨੀ ਪ ਦ ਮਾ ਪ ਗ ਗ ਮ ਪ ਮਾ ਮਾ ਸਾ ਨੇ ਸਾ ਗ ਰੇ ਮਾ ਗ ਰੇ ਸਾ ਨੇ ਸਾ ਰੇ ਰੇ ਗਾ ਗ ਮ ਪ ਮਾ ਪ ਪਤੀ ਪਤੀ ਤੁਰੇ ਮਾਲਿਨੀ ਗਾਇਆ ਨਾ ਭਾਈ ਸਾਹਿਬ ਜੀ ਨੇ, ਭਾਈ ਬਖਸ਼ੀਸ਼ ਸਿੰਘ ਜੀ ਨੇ, ਉਹ ਕਾਫੀ ਰਾਗ 'ਚ ਉਹਨਾਂ ਨੇ ਕੀਤਾ ਹੈ। ਸੋ ਸਾ ਗਾ ਮਾ ਪਾ ਨੀ ਸਾ ਅਰੋ ਸਾ ਨੀ ਦਾ ਪਾ ਮਾ ਪ ਗ ਰੇ ਸਾ ਗਾ ਮਾ ਰਾਗ ਤਿਲੰਗ ਕਾਫੀ ਰੂਪਕ ਸੱਤ ਮਾਤਰਾਵਾਂ ਵਿੱਚ ਸਾਡੇ ਉਸਤਾਦ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਇਹ ਕੰਪੋਜੀਸ਼ਨ ਹੈ, ਉਹਨਾਂ ਤੋਂ ਇਹ ਸਿੱਖੀ ਦਾਸ ਨੇ। 8-9 ਸਾਲ ਦਾ ਸੀ ਜਦੋਂ ਗਾਉਂਦਾ ਹੁੰਦਾ ਸੀ, ਮੈਨੂੰ ਥੋੜ੍ਹਾ ਥੋੜ੍ਹਾ ਯਾਦ ਹੈ ਉਦੋਂ ਤੋਂ। ਚੇਤਨਾ ਹੈ ਤੋ ਚੇਤ ਲੈ,
प्राणी चेतना सारे जपो निस 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 देना मैं प्राणी चेतना है तो चेतना है तो चेत दिन मैं प्राणी छिन छिन औद बेहात है छिन छिन औद बेहात है फूट कट जुपानी छिन छिन हर गुण काहे ना गावई गावही 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 हर गुण काहे गुण काहे ना गावही मूरख अज्ञाना मूरख अज्ञाना हर गुण काहे ना गावही मूरख अज्ञाना पूरी तुक हर गुण काहे ना लालच लाग के झूठ लालच लाग के नह मरन पछाना झूठ लालच लाग के नह मरन साहब की कह रहे ने चेतना है तो चेत ले इस दिन में प्राणी सो गुरु का हुक्म मनिए जी चेतना है तो चेत ले इस दिन में प्राणी चेतना है तो चेत ले इस दिन में प्राणी दूसरा अंतरा अज हूँ कछ बिगड़ियो नहीं अज हूँ कछ बिगड़ियो नहीं
समझ आ गई जी। साढ़े बहुत ही माण योग डॉक्टर गुरिंदर सिंह जी इन्हों के स्वागत च एक जकारा छोड़ो ना। देखो किडे गुणी कीर्तनीए किन्ने सुरीले उस्ताद प्रिंसिपल साहब कितों कितों चुन के ले आते ने। असी जो इन्होंने सुने तो मन इन्ना खुश हुंदा, इन्ना अच्छा लगता कि साडा पंथ साडा कीर्तनीए साडे रागी सिंह किस बुलंदी तक गुरु महाराज की कृपा नाल पहुँचे ने। रागदारी कलाकारी पर नाल पूरा शब्द कीर्तन का जो प्रवाह चलना चाहिए, बाणी का जो संचार होना चाहिए, वो एक बहुत वड्डे मिसाल साडे अगे बैठे ने साडे बहुत सत्कारयोग डॉक्टर गुरिंदर सिंह जी बटाले वाले।
किसी का सवाल आया छोटा जहा, मैं ये गल करके समाप्ति करना कि जे स्केल हाई करना हो, प्रिंसिपल साहब ने भी सवेरे गल की, देखो स्केल हाई करना उन्हें करना जिंद नहीं जा रही आवाज़, हूँ किसी को भी समस्या हो सकती है कि वो नीवी नहीं जाती। सो जिस तरह का मर्ज है, जिस तरह की बीमारी है, उस तरह का इलाज होंगे। एक तो होंगे जनरल रियाज, प्रैक्टिस करो जी, मंदिर का रियाज करो जी, अलंकारों का रियाज करो, पलटियां का रियाज करो, सारे करन। पर यह होंगे कि मेरी कुछ खास समस्या या मेरी खास जरूरत है, उस हिसाब नाल ये हाई स्केल लई पता नहीं किन्ने पूछा, मैं नहीं जानता, पर साढ़े बच्चे वो खड़े हैं, इशमीत कौर साढ़े स्टूडेंट, इन्हों भी इस प्रॉब्लम आती सी एम ए, इन्होंने हुणे हुणे प्रीख्या दी एम ए फाइनल कि हाई नोट्स से आवाज़ ही नहीं जाती। फिर मैं इन्हों को कहा बेटा तुम चौथे काले तो भी नीवें तो गाओ, पेपर दिता इन्होंने हूँ तीसरे काले ते, पर एक तो यह है कि चलो थोड़ा नीवा सुर कर लाँगे, पर आवाज़ जावे किवें? उसके लिए यही है कि हाई नोट्स के लिए ना शाम को लेट रात को रियाज करन दा लाभ होंदा। अक्सर मंदिर का रियाज सवेर वेले फलीभूत होंदा ज़्यादा, तो तार सप्तक का रियाज जिहड़ा शाम को लेट, तुसी देखोगे कई बार रात को बड़ा उच्चा गाया जाता सवेरे नहीं जाती आवाज़। सो पर इन्ना ना कर लेना रियाज कि गला ही बैठ जाए, गला ही खराब हो जाए, संभल के सारे गा मा पा धा नी सा रे गा मा गा रे सा नी धा पा मा गा रे सा नी धा पा, जिथों नीवें तो लैके उच्चे तो उच्चे तक सरगमा गाणिया चाहिए, रेंज आपे बनेगी इधर भी उधर भी। ज़्यादा ये फिर शाम को रात को मतलब दोपहर तो बाद का समा उपयुक्त है, सवेरे सवेरे जो बहुत उच्चा गाओगे हो सकता है नुकसान हो जाए। हाँ अद्धा पौना घंटा जदों गा लो, घंटा गा लो, फिर गला गर्म हो जाता, फिर जिथे भी गाओगे कोई दिक्कत नहीं है, एकदम हाई नोट्स लैण तो गुरेज करना चाहिए। सो इन्नी की बेनती प्रवान करनी जी, वाहेगुरु जी का खालसा वाहेगुरु जी की फतेह।